हेलो जी, सत श्री अकाल सारिआं नूं। अज असीं बनावांगे मैगी मसाला नूडल। चलो फिर अज दी रैसपी असीं स्टार्ट करदे हां। इह रैसपी बनाउण वास्ते असीं 3 पैकेट मैगी दे लए आ। इहनां विचों असीं पाउच मसाला कढ के अलग कर लवांगे। मैगी बनाउण वास्ते जिहड़ी असीं वैजीटेबल्स लईआं ने, टमाटर, शिमला मिर्च, मटर, प्याज, एक मिर्च। जे तुहाडे बच्चे मिर्च खा लैंदे आ तां तुसीं पाओ, जे नहीं खांदे तां तुसीं इहनूं स्किप वी कर सकदे हो। नाल असीं लई आ टमाटर सॉस, सोया सॉस, क्योंकि असीं मैगी नूं नूडल दी तरह बनाउणा, इस करके असीं इह चीज़ां विच यूज़ कर रहे हां। असीं विनेगर वी इहदे विच यूज़ करांगे थोड़ी खटास वास्ते। मैगी नूं असीं हुण पैकेटां विचों कढ लिया आ, मसाला अलग कर लिया आ, असीं सारा सब्जी सारी चॉप करके असीं रख लई आ। ਅਤੇ ਦੂਸਰੇ ਪਾਸੇ ਅਸੀਂ ਪਤੀਲੇ ਵਿੱਚ ਪਾਣੀ ਪਾ ਕੇ ਅਤੇ ਮੈਗੀ ਵਿੱਚ ਪਾ ਦਿੱਤੀ ਆ। 5-10 ਮਿੰਟ ਵਾਸਤੇ ਅਸੀਂ ਇਹਨੂੰ ਬੋਇਲ ਕਰਾਂਗੇ। ਤਦ ਤੱਕ ਅਸੀਂ ਮੈਗੀ ਨੂੰ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ। ਗੈਸ ਅਸੀਂ ਚਲਾਤੀ ਆ। ਫਰਾਈ ਪੈਨ ਦੇ ਵਿੱਚ ਹੁਣ ਅਸੀਂ ਥੋੜ੍ਹਾ ਤੇਲ ਪਾਵਾਂਗੇ। तेल साडा गर्म हो गया आ। हुण असीं इहदे विच प्याज पावांगे। प्याजां नूं असीं हल्का जिहा पिंक होण तक पकावांगे, फिर बाकी वैजीटेबल विच ऐड कर देंगे। प्याजां दा रंग थोड़ा चेंज हो गया आ। हुण असीं इहदे विच बाकी सब्जियां भी ऐड करांगे। बाकी सारी सब्जियां असीं ऐड कर दित्तियां आ। हुण असीं इहदे विच मटर पावांगे। ਮਟਰਾਂ ਨੂੰ ਵੀ 2 ਮਿੰਟ ਪਕਾਵਾਂਗੇ ਅਸੀਂ। ਲੂਣ ਪਾਵਾਂਗੇ ਅਸੀਂ ਥੋੜ੍ਹਾ ਜਿਹਾ। ਲੂਣ ਅਸੀਂ ਥੋੜ੍ਹਾ ਘੱਟ ਪਾਵਾਂਗੇ ਕਿਉਂਕਿ ਇਸਦੇ ਵਿੱਚ ਸੋਇਆ ਸੌਸ ਵੀ ਪਾਉਣੀ ਆ, ਸਿਰਕਾ ਵੀ ਪਾਉਣਾ। ਹੁਣ ਅਸੀਂ ਥੋੜ੍ਹੀ ਦੇਰ ਤੱਕ ਇਹਨੂੰ ਪਕਾਵਾਂਗੇ, ਕਿਉਂਕਿ ਥੋੜ੍ਹੇ ਮਟਰ ਸਾਡੇ ਪੱਕ ਜਾਣਗੇ। ਮਟਰ ਸਾਡੇ ਪੱਕ ਚੁੱਕੇ ਆ, ਸਾਰੀ ਵੈਜੀਟੇਬਲਸ ਵੀ ਹੋ ਗਈਆਂ ਆ। ਹੁਣ ਅਸੀਂ ਇਹਦੇ ਵਿੱਚ ਸਿਰਕਾ ਐਡ ਕਰਾਂਗੇ। ਪਹਿਲਾਂ ਇੱਕ ਢੱਕਣ ਅਸੀਂ ਸਿਰਕੇ ਦਾ ਪਾਇਆ ਆ, ਇੱਕ ਢੱਕਣ ਅਸੀਂ ਸੋਇਆ ਸੌਸ ਦਾ ਪਾਵਾਂਗੇ। ਹੁਣ ਥੋੜ੍ਹਾ ਜਿਹਾ ਇਹਨੂੰ ਪਕਾ ਲਵਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜ੍ਹੀ ਜਿਹੀ ਟਮਾਟੋ ਕੈਚਅਪ ਵੀ ਪਾਵਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਫਿਰ ਮੈਗੀ ਐਡ ਕਰਾਂਗੇ। ਹੁਣ ਅਸੀਂ ਥੋੜ੍ਹੀ ਜਿਹੀ ਇਹਦੇ ਵਿੱਚ ਟਮਾਟੋ ਕੈਚਅਪ ਪਾ ਦੇਵਾਂਗੇ, ਥੋੜ੍ਹਾ ਜਿਹਾ ਇਹਨੂੰ ਹਿਲਾਵਾਂਗੇ। ਸਾਡਾ ਨੂਡਲਸ ਦਾ ਮਸਾਲਾ ਤਿਆਰ ਹੋ ਚੁੱਕਾ ਆ। ਹੁਣ ਅਸੀਂ ਇਹਦੇ ਵਿੱਚ ਮੈਗੀ ਐਡ ਕਰਾਂਗੇ। ਮੈਗੀ ਅਸੀਂ ਪਹਿਲਾਂ ਹੀ ਛਾਣ ਕੇ ਰੱਖ ਲਈ ਹੈ ਪਾਣੀ 'ਚੋਂ ਕੱਢ ਕੇ। ਹੁਣ ਅਸੀਂ ਵਿੱਚ ਪਾ ਦੇਵਾਂਗੇ। ਮੈਗੀ ਨੂੰ ਅਸੀਂ ਵਿੱਚ ਪਾ ਕੇ ਚੰਗੀ ਤਰ੍ਹਾਂ ਰਲਾ ਲਵਾਂਗੇ। ਮੈਗੀ ਸਾਡੀ ਤਿਆਰ ਹੋ ਗਈ ਆ। ਹੁਣ ਅਸੀਂ ਇਹਨੂੰ ਪਲੇਟ ਵਿੱਚ ਕੱਢਾਂਗੇ ਅਤੇ ਇਹਦੇ ਉੱਪਰ ਜਿਹੜਾ ਅਸੀਂ ਪੈਕਟਾਂ ਦੇ ਵਿੱਚੋਂ ਮਸਾਲੇ ਵਾਲੇ ਪਾਊਚ ਕੱਢੇ ਸੀ, ਉਹ ਵਾਲਾ ਮਸਾਲਾ ਅਸੀਂ ਬਾਅਦ ਵਿੱਚ ਇਹਦੇ ਉੱਪਰ ਪਾਵਾਂਗੇ। ਮੈਗੀ ਦਾ ਕਲਰ ਬਹੁਤ ਸੋਹਣਾ ਆਇਆ ਆ। ਮੈਗੀ ਨੂੰ ਅਸੀਂ ਨਿਊਡਲਾਂ ਦੀ ਤਰ੍ਹਾਂ ਬਣਾਇਆ ਆ। ਅਸੀਂ ਇਹਦੇ ਵਿੱਚ ਮੈਗੀ ਮਸਾਲਾ ਨਹੀਂ ਯੂਜ਼ ਕੀਤਾ ਹੈਗਾ। ਇਹਨੂੰ ਅਸੀਂ ਜਦੋਂ ਪਲੇਟ ਵਿੱਚ ਕੱਢ ਕੇ ਸਰਵ ਕਰਾਂਗੇ। ਮੈਗੀ ਦੇ ਵਿੱਚੋਂ ਅਸੀਂ ਜਿਹੜਾ ਮਸਾਲਾ ਕੱਢਿਆ ਸੀਗਾ ਉਹ ਹੁਣ ਅਸੀਂ ਨਿਊਡਲਾਂ ਦੇ ਉੱਪਰ ਪਾਵਾਂਗੇ। ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਨਾ।